ਮੋਗਾ ਵਿੱਚ ਦਿਨੋਂ ਦਿਨ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਨੇ। ਪਿਛਲੇ ਦਿਨ ਮੋਗਾ ਵਿੱਚ ਇੱਕ ਸ਼ੋਰੂਮ ਦੇ ਮਾਲਕ ਨੂੰ ਉਸ ਦੇ ਸ਼ੋਰੂਮ ਦੇ ਵਿੱਚ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵੱਖ-ਵੱਖ ਘਟਨਾਵਾਂ ਹੋਈਆਂ ਤੇ ਅੱਜ ਮੋਗਾ ਦੇ ਧਰਮਕੋਟ ਹਲਕੇ ਦੇ ਵਿੱਚ ਦਿਨ ਚੜ੍ਹਦੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਅਗਵਾਕਾਰਾਂ ਵੱਲੋਂ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ ਅਗਵਾ ਕਰ ਲਿਆ ਗਿਆ। ਮੋਗਾ ਤੋਂ ਸਾਡੇ ਸਹਿਯੋਗੀ ਜਗਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ 'ਚ ਦਿਨ ਚੜ੍ਹਦੇ ਉਸ ਵਕਤ ਇੱਕ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ। ਸਵੇਰੇ 7 ਵਜੇ ਦੇ ਕਰੀਬ ਸ਼ਹਿਰ ਦੇ ਪ੍ਰਮੁੱਖ ਮੈਡੀਕਲ ਸੰਚਾਲਕ ਸੁਖਦੇਵ ਸਿੰਘ ਨੂੰ ਉਸ ਦੀ ਗੱਡੀ ਸਮੇਤ ਸ਼੍ਰੀ ਸੰਤੋਸ਼ੀ ਮਾਤਾ ਮੰਦਿਰ ਕੋਲੋਂ ਅਗਵਾਕਾਰਾਂ ਵੱਲੋਂ ਅਗਵਾ ਕਰ ਲਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ DSP ਧਰਮਕੋਟ ਸ਼ੁਭੇਕ ਸਿੰਘ, ਥਾਣਾ ਮੁਖੀ ਧਰਮਕੋਟ ਬਲਰਾਜ ਮੋਹਨ ਅਤੇ ਕਿੱਕਰ ਸਿੰਘ CIA ਸਟਾਫ ਇੰਚਾਰਜ ਧਰਮਕੋਟ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਬਾਰੇ ਕੋਈ ਸੁਰਾਗ ਹਾਸਲ ਹੋ ਸਕੇ। ਸਾਡੇ ਕੋਲ ਕਰੀਬ 7:30 ਵਜੇ ਤਲਾਸ਼ ਸੀ ਵੀ ਜਾਂ ਸੰਦੇਸ਼ ਸਿੰਘ ਹੈਗਾ ਜੋ ਸੰਗਲੇ ਰਹਿਣ ਵਾਲਾ ਹੈ, ਧਰਮਕੋਟ ਬਾਜ਼ਾਰ ਵਿੱਚ ਮੈਡੀਕਲ ਦੀ ਦੁਕਾਨ ਕਰਦਾ, ਵੀ ਉਹਨੂੰ ਸਮੇਤ ਕਾਰ ਵੀ ਲੈ ਗਏ। ਅਸੀਂ ਇਤਲਾਹ ਦੇ ਮੌਕੇ 'ਤੇ ਪੁੱਜੇ, ਮੈਂ ਦੱਸ 'ਚ ਮੌਕੇ 'ਤੇ ਪੁੱਜੇ, ਜਾ ਕੇ ਮੌਕੇ 'ਤੇ CCTV ਫੁਟੇਜ ਚੈੱਕ ਕੀਤੀ ਵੀ ਦੋ ਬੰਦੇ ਆਏ ਆ, ਇਹਨੂੰ ਇਹਦੀ ਗੱਡੀ ਰੋਕੀ, ਇਹਦੇ ਨੂੰ ਕਾਰ 'ਚ ਬਿਠਾ ਕੇ ਨਾਲ ਹੀ ਲੈ ਗਏ। ਉਹ ਬੰਦਿਆਂ ਦਾ ਕੋਈ ਪਛਾਣ ਆਉਂਦੀ ਉਹਨਾਂ ਦੀ? ਨਹੀਂ, ਬੰਦਿਆਂ ਦੀ CCTV ਫੁਟੇਜ ਚੈੱਕ ਕਰਦੇ ਪਛਾਣ ਤਾਂ ਨਹੀਂ ਹੁੰਦੀ, ਮੂੰਹ ਢੱਕੇ ਹੋਏ ਆ। ਅਤੇ ਸਰ, ਕਿ ਜਿਹੜਾ ਉੱਦਣ ਘਟਨਾ ਵਾਪਰੀ ਉਹ ਮਾਰਕੋਟ ਵਾਲੀ ਰਾਜੀਵ ਦੀ, ਉਹ ਕੋਈ ਲੱਗਾ ਪਤਾ ਬੰਦੇ ਦਾ ਜੀ? ਉਹਦੇ 'ਚ ਅਸੀਂ ਕਾਫੀ ਨੇੜੇ ਲੱਗ ਗਏ, ਕੋਈ ਜਲਦੀ ਟਰੇਸ ਕੀਤੇ ਜਾਣਗੇ। ਠੀਕ ਹੈ ਜੀ। ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਪਾਇਆ ਜਾ ਰਿਹਾ। ਉੱਧਰ ਜ਼ਿਲ੍ਹਾ ਪੁਲਿਸ ਮੁਖੀ ਆਏ ਦਿਨ ਦਾਅਵਾ ਕਰਦੇ ਆ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਪਰ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਪੁਲਿਸ 'ਤੇ ਹੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਲਾਉਂਦੀਆਂ ਨੇ।